ਫ੍ਰਿਜ ਨੂੰ ਦੇ ਨੇੜੇ ਕਿਸੇ ਮੁੰਡੇ ਨੇ ਪਹਿਲਾਂ ਤਾਂ ਸਕੂਲ ਦੇ ਵਿੱਚ ਕਾਲ ਕੀਤੀ ਵੀ ਮੈਂ ਇੱਥੇ ਗੋਲੀਆਂ ਚਲਾਉਣ ਲੱਗਿਆ ਬਾਅਦ ਵਿੱਚ ਪੁਲਿਸ ਸਟੇਸ਼ਨ ਕੋਲ ਕੀਤੀ ਵੀ ਮੈਂ ਇੱਥੇ ਬਹੁਤ ਜ਼ਿਆਦਾ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਸਕਦਾ ਬੱਚੇ ਨੂੰ ਮਾਰ ਸਕਦਾ ਸੋ ਇਹਦੀ ਵਾਕਈ ਮਨਸ਼ਾ ਸੀ ਕਿ ਕੋਈ ਗੇਮ ਗੂਮ ਤੋਂ ਪ੍ਰਭਾਵਿਤ ਸੀਗਾ ਇਹ ਬ੍ਰਾਡ ਸਾਹਿਬ ਮਨਛਾ ਕੋਈ ਲੱਗਦੀ ਨਹੀਂ ਕਿਉਂਕਿ ਜਦੋਂ ਪੁਲਿਸ ਨੇ ਇਹਨੂੰ ਫੜਿਆ ਤੇ ਉਦੋਂ ਤੇ ਕੋਲੋਂ ਮਿਲਿਆ ਕੁਛ ਨਹੀਂ ਕੋਈ ਹੋ ਸਕਦਾ ਕਿ ਇਹ ਦਿਮਾਗੀ ਸਿਚੁਏਸ਼ਨ ਹੋਵੇ ਜਾਂ ਜਾਣ ਬੁੱਝ ਕੇ ਡਰਦਾ ਮਾਹੌਲ ਪੈਦਾ ਕਰਨ ਦਾ ਇਚਾਵਨ ਸੀਗਾ 17 ਸਾਲ ਦੀ ਇਹਦੀ ਉਮਰ ਹੈ ਜਿਹਨੂੰ ਹੁਣ ਅਰੈਸਟ ਕਰ ਲਿਆ ਤੇ ਇਹਨੇ ਧਮਕੀ ਦਿੱਤੀ ਸੀ ਫਾਲਰ ਹਾਈ ਸਕੂਲ ਦੇ ਵਿੱਚ ਗੋਲੀਆਂ ਚਲਾਉਂਦੀ ਇਸ ਟੀਨੇਜਰ ਨੇ ਮਲਟੀਪਲ ਕਾਲਸ ਕੀਤੀਆਂ ਸਕੂਲ ਦੇ ਵਿੱਚ ਜਿਹਦੇ ਵਿੱਚ ਇਹਨੇ ਕਿਹਾ ਕਿ ਮੈਂ ਸਕੂਲ ਦੇ ਵਿੱਚ ਗੋਲੀਆਂ ਚਲਾ ਦੂੰਗਾ ਥਰਸਡੇ ਨੂੰ ਕਾਲਸ ਕੀਤੀਆਂ ਪਲਾਂ ਦੇ ਵਿੱਚ ਹੀ ਉੱਥੇ ਲਾ ਐਨਫੋਰਸਮੈਂਟ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋ ਗਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਕੋਈ ਮੰਦ ਭਾਗੀ ਘਟਨਾਣਾ ਵਾਪਰ ਜਾਵੇ ਇਸ ਮੁੰਡੇ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਤੇ ਦੋ ਚਾਰਜਸ ਲੱਗੇ ਆ ਫਾਲੋਅਰ ਪੁਲਿਸ ਚੀਫ ਨੇ ਕਿਹਾ ਕਿ ਇਹ ਕਾਲ ਜਸਟ ਹਾਕਸ ਸੀ ਝੂਠੀ ਸੀਗੀ ਇਸ ਗੱਲ ਦੇ ਵਿੱਚ ਸੱਚਾਈ ਕੋਈ ਨਹੀਂ ਸੀ ਪਰ ਬਹੁਤੇ ਕੇਸਸ ਦੇ ਵਿੱਚ ਕਾਲ ਕਰਨ ਵਾਲਾ ਹਰਕਤ ਕਰ ਦਿੰਦਾ ਇਸ ਕਰਕੇ ਇਹ ਜਿਹੜਾ ਐਕਸ਼ਨ ਸੀ ਇਹ ਜ਼ਰੂਰੀ ਸੀਗਾ ਉਹਨਾਂ ਨੇ ਇਹ ਵੀ ਕਹਿ ਕੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਲਾ ਐਨਫੋਰਸਮੈਂਟ ਟਾਈਮ ਤੇ ਪਹੁੰਚੀ एवरीवन ਇਜ਼ ਸੇਫ ਤੇ ਇਹਨਾਂ ਕਾਲਾਂ ਨੂੰ ਅਸੀਂ ਕਦੇ ਵੀ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਇਦਾਂ ਦਾ ਕੁਝ ਬਹੁਤ ਵਾਰੀ ਪਾਸਟ ਦੇ ਵਿੱਚ ਹੋਇਆ ਹੈ। ਪੁਲਿਸ ਚੀਫ ਨੇ ਕਿਹਾ ਕਿ ਪਹਿਲੀ ਕਾਲ ਜਦੋਂ ਆਈ ਉਹ ਮਾਰਨਿੰਗ ਟਾਈਮ ਸੀਗਾ ਉਦੋਂ ਬੱਚੇ ਸਕੂਲ ਦੇ ਵਿੱਚ ਆ ਰਹੇ ਸੀਗੇ ਤੇ ਜਦੋਂ ਕਾਲ ਆਈ ਉਦੋਂ ਤੁਰੰਤ ਇਸ ਕੈਂਪਸ ਦੇ ਵਿੱਚ ਜਿਹੜੇ ਹਾਲਾਤ ਸੀ ਉਹ ਲਾਕਡਾਊਨ ਵਰਗੇ ਕਰ ਦਿੱਤੇ ਗਏ। ਹੋਰ ਸਕੂਲਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਤੇ ਉੱਥੇ ਵੀ ਤਕਰੀਬਨ ਲਾਕਡਾਊਨ ਵਰਗੀ ਸਿਚੁਏਸ਼ਨ ਹੋ ਗਈ ਸੀਗੀ। ਸਭ ਤੋਂ ਪਹਿਲਾਂ ਇਹਨਾਂ ਨੇ 4 ਆਫੀਸਰਸ ਨੂੰ ਭੇਜਿਆ ਜਿੱਥੋਂ ਦੀ ਇਹਨੇ ਲੋਕੇਸ਼ਨ ਦੱਸੀ ਸੀ ਕਿ ਉੱਥੋਂ ਮੈਂ ਸ਼ੂਟਿੰਗ ਸ਼ੁਰੂ ਕਰਨੀ ਹੈ। ਜਿੱਥੇ ਪੁਲਿਸ ਦੇ ਮੁਤਾਬਕ ਥ੍ਰੈਟ ਸਭ ਤੋਂ ਜ਼ਿਆਦਾ ਸੀਗੀ ਤੇ ਇਹ ਜਿਹੜੇ ਚਾਰ ਆਫੀਸਰ ਸੀਗੇ ਵਿਦਾਊਟ ਬੈਕਅਪ ਭੇਜੇ ਤਾਂ ਕਿ ਸ਼ੂਟਰ ਨੂੰ ਜੇ ਸ਼ੂਟਰ ਇਹਨਾਂ ਨੂੰ ਮਿਲਦਾ ਵੀ ਆ ਉਹ ਕਿਤੇ ਡਰ ਨਾ ਜਾਵੇ ਕਿਤੇ ਉਦੋਂ ਹੀ ਐਕਸ਼ਨ ਨਾ ਸ਼ੁਰੂ ਕਰ ਦੇਵੇ ਆਲਮੋਸਟ 15 ਨੇਬਰਿੰਗ ਲਾਅ ਐਨਫੋਰਸਮੈਂਟ ਏਜੰਸੀ ਨੂੰ ਇਨਫੋਰਮ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੈਲਪ ਸੈਂਡ ਕਰੋ ਇਸ ਮੁੰਡੇ ਨੇ ਇੰਨਾ ਜ਼ਿਆਦਾ ਖੌਫ ਪੈਦਾ ਕਰ ਦਿੱਤਾ ਸੀਗਾ ਨੇਬਰਿੰਗ ਕੈਂਪਸ ਤੇ ਵੀ ਅਲਰਟ ਐਂਡ ਲਾਕਡਾਊਨ ਵਰਗੇ ਹਾਲਾਤ ਸੀਗੇ ਸ਼ੂਟਰ ਨੇ 911 ਤੇ ਸੈਕੰਡ ਕਾਲ ਉਦੋਂ ਕਰ ਦਿੱਤੀ ਜਦੋਂ ਆਫੀਸਰ ਕੈਂਪਸ ਦੇ ਵਿੱਚ ਮੌਜੂਦ ਸੀਗੇ ਇਹਨੇ 911 ਤੇ ਕਾਲ ਕਰਕੇ ਕਹੀ ਕਿ ਗੋਲੀਆਂ ਚੱਲ ਚੁੱਕੀਆਂ ਨੇ ਤੇ ਮੈਂ ਆਪਣਾ ਕੰਮ ਕਰ ਚੁੱਕਿਆ ਤੇ ਇਹ ਵੀ ਇੱਕ ਝੂਠੀ ਇਨਫੋਰਮੇਸ਼ਨ ਸੀਗੀ ਕਿਉਂਕਿ ਉਹ ਉੱਥੇ ਮੌਜੂਦ ਸੀ ਕਿਸੇ ਕਿਸਮ ਦੀ ਕੋਈ ਗੋਲੀ ਨਹੀਂ ਸੀ ਚੱਲੀ ਫਿਰ ਇਹਨੂੰ ਟੈਕਨੋਲੋਜੀ ਦੀ ਹੈਲਪ ਲੈ ਕੇ ਇਹਦੀਆਂ ਕਾਲਸ ਟ੍ਰੇਸ ਕੀਤੀਆਂ ਲੋਕੇਸ਼ਨ ਜਿਹੜੀ ਆਈ ਉਸ ਘਰ ਦੇ ਵਿੱਚ ਜਾ ਕੇ ਇਹਨੂੰ ਲੱਭਿਆ ਇਨੂੰ ਸਪੌਟ ਕੀਤਾ ਗਿਆ ਤੇ ਇਹਨੂੰ ਉਥੋਂ ਅਰੈਸਟ ਕੀਤਾ ਗਿਆ ਇਹਦੇ ਕੋਲੇ ਕੋਈ ਵੀ ਕਿਸੇ ਕਿਸਮ ਦਾ ਵੈਪਨ ਨਹੀਂ ਸੀਗਾ ਜੀ ਬ੍ਰਾਡਰ ਸਾਹਿਬ ਦੇਖੋ ਜੀ ਇੰਨੀ એનર્ਜੀ ਵੇਸਟ ਹੋਈ ਪੁਲਿਸ ਦੀ ਹੋਈ ਤੇ ਬਾਕੀ ਜਿਹੜੇ ਇਹਨੂੰ ਪਕੜ ਦੜ ਮੱਚੀ ਤੇ ਇਸ ਨੂੰ ਕੀ ਲੱਗਦਾ ਵੀ ਹੁਣ ਸਜ਼ਾ ਜਿਹੜੀ ਇਹਨੇ ਕਾਰਨਾਮਾ ਕੀਤਾ ਉਹੀ ਮਿਲੂਗੀ ਕਿਉਂਕਿ ਆਪ ਹੀ ਮੰਨ ਰਿਹਾ ਸੀਗਾ ਇਹ ਕੋਈ ਐਵੇਂ ਹਵਾਲਾ ਦੇ ਦਿੱਤਾ ਜਾਊਗਾ ਵੀ ਇਹ ਦਿਮਾਗੀ ਤੌਰ ਤੇ ਸਹੀ ਨਹੀਂ ਹੈਗਾ ਬ੍ਰਾਡਰ ਸਾਹਿਬ ਦੋ ਇਹਦੇ ਤੇ ਚਾਰਜਸ ਲੱਗ ਚੁੱਕੇ ਆ ਇਹਦੇ ਤੇ ਇੱਕ ਤਾਂ ਧਮਕੀ ਦੇਂਦਾ ਹੈ ਤੇ ਦੂਸਰੇ ਚਾਰजेस ਬਾਰੇ ਅਨਕਲੀਅਰ ਰੱਖਿਆ ਗਿਆ ਕਿ ਕਿਹੜਾ ਇਹਦੇ ਤੇ ਚਾਰਜ ਲੱਗਿਆ ਹੋਇਆ ਹੈ ਤੇ ਕਾਰਵਾਈ ਤਾਂ ਇਹਦੇ ਤੇ ਵੱਡੀ ਹੋਊਗੀ ਕਿਉਂਕਿ ਕਾਰਵਾਈ ਕਰਨਾ ਜਾਂ ਉਹਦੀ ਧਮਕੀ ਦੇਣਾ تقریبا ਇੱਕੋ ਬਰਾਬਰ ਸਮਝੇ ਜਾਂਦੇ ਆ ਦਿਮਾਗੀ ਸਿਚੁਏਸ਼ਨ ਦਾ ਵੀ ਇਹਦਾ ਜਿਹੜਾ ਹੈਗਾ ਐਗਜ਼ਾਮੀਨੇਸ਼ਨ ਜਾਂ ਜੋ ਵੀ ਹੋਊਗਾ ਉਹ ਕਰ ਲਿਆ ਜਾਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਇਹਤੇ ਚਾਰजेस ਕਿਹੋ ਜਿਹੇ ਲੱਗਿਆ ਕੋਰਟ ਦੇ ਸਾਹਮਣੇ ਵੀ ਇਹਨੂੰ ਪੇਸ਼ ਕੀਤਾ ਜਾਊਗਾ ਇੱਕ ਚੀਜ਼ ਆ ਜਿਹੜੀ ਇਹਦੇ ਬੈਨੀਫਿਟ ਦੇ ਹੋ ਸਕਦੀ ਹੈ ਕਿ ਇਹਦੀ ਉਮਰ 17 ਸਾਲ ਆ ਇਹ ਅਡਲਟ ਨਹੀਂਗਾ ਇਹ ਹਜੇ ਟੀਨੇਜਰ ਆ ਪਰ ਕਈ ਆਪਾਂ ਦੇਖਿਆ ਪਾਸਟ ਦੇ ਵਿੱਚ ਕੇਸ ਉਥੇ ਇੱਕ ਟੀਨੇਜਰ ਜਿਹੜਾ 17 ਸਾਲ ਪਲੱਸ ਹੋਵੇ ਉਹਨੂੰ ਕਈ ਵਾਰੀ ਅਡਲਟ ਵਾਲੇ ਜਿਹੜੇ ਉੱਤੇ ਚਾਰਜ ਦਿੰਦੇ ਸੋ ਕਈ ਵਾਰੀ ਲਗਾ ਦਿੱਤੇ ਜਾਂਦੇ ਆ